ਕਿਹੜਾ ਪਿੰਡ ਆ ਬਾਈ? ਜੋਧਪੁਰੀਆ। ਜੋਧਪੁਰੀਆ ਮੌੜਾਂ ਵਾਲੀ। ਇਹ ਸੇਲ ਕਰਨ ਖਾਤਰ ਲੈ ਕੇ ਆਇਆ? ਹਾਂਜੀ। ਡੱਬ ਵਾਲੀ ਕੋਲੇ ਦੋਨੇ ਜਾਣ ਪੂਰੀ ਸੇਲ ਆ? ਹਾਂਜੀ। ਇਹਦੀ ਕਿੰਨੀ ਉਮਰ ਆ ਬਾਈ? ਆ ਜੀ 11 ਮਹੀਨਾ ਦਾ। ਠੀਕ ਹੈ। ਉਹ 15 ਮਹੀਨਾ ਦੀ ਬਛੇਰੀ। ਬਛੇਰੀ ਆ ਆ 11 ਮਹੀਨੇ ਦਾ। ਇਹ ਇਹ ਗਾਂ ਪਿੱਛੋਂ ਕਿਹੜੀ ਬਲੱਡ ਲੈਣਾ ਜੀ? ਇਹ ਬਲੱਡ ਲਾਈਨ ਨਹੀਂ ਜੀ। ਅਨਨੋਨ ਹੈ? ਅਨਨੋਨ। ਉਹ ਵੀ ਅਨਨੋਨ ਆ ਕੁੜੀ ਵੀ? ਹਾਂਜੀ। ਬਛੇਰੀ ਵੀ? ਹਾਂਜੀ। ਠੀਕ ਆ ਠੀਕ। ਕਿੰਨਾ ਨੰਬਰ ਆ ਬਾਈ ਆਪਣਾ? ਨੰਬਰ ਹੈਗਾ ਜੀ, ਨੰਬਰ ਬਤਾ ਰਿਹਾ ਬੇਟਾ ਤੇਰਾ। ਨੰਬਰ ਦੱਸ ਦੇ ਮੋਬਾਈਲ ਨੰਬਰ। 82957 0501 0501। ਹਾਂ ਠੀਕ ਹੈ। 0501। ਕਿੰਨਾ ਕੁ ਚਿਰ ਹੋ ਗਿਆ ਬਾਈ ਕੋਲੇ ਰੱਖਦੇ ਨੂੰ? 1797 ਰੱਖਣ ਲੱਗੇ 2017 ਚ। 2017 ਠੀਕ ਆ। ਘਰੇ ਹੋਰ ਵੀ ਕੋਲੇ ਹੈਗੇ ਆ? ਨਹੀਂ ਜੀ ਹੋਰ ਹੈ ਨਹੀਂ ਬਾਈ। ਇਹੀ ਹੈ, ਇਹ ਸੇਲ ਕਰ ਦੋਗੇ ਹੋਰ ਲੈ ਜਾਓਗੇ? ਹਾਂ ਹੋਰ ਲੈ ਕੇ। ਠੀਕ ਹੈ। ਸੇਲ ਪਰਚੇਜ਼ ਦਾ ਹੀ ਕਰਦੇ ਹੋ? ਲੈ ਲੈ ਵੇਚ ਤੇ ਵੇਚ ਤੇ? ਐ ਨਹੀਂ ਕਰਦੇ ਜੀ, ਬਸ ਹਾਂ ਬਿਆਨ ਵਾਲੀ ਘੋੜੀ ਲੈਣੀ। ਠੀਕ ਆ। ਸੋਨ ਵਾਲੀ ਲੈਣੀ, ਸਵਾਂਦ ਲੈਣੀ ਹੈਗੀ। ਇਹ ਕੀ ਤੋਂ ਲਿੱਤੇ ਬਛੇਰੇ ਫਿਰ? ਆ ਕੋਈ ਯਾਰ ਮਿੱਤਰ ਕੋਲੋਂ ਲਏ ਸੀ ਦੋਨੋਂ। ਠੀਕ। ਉੱਥੋਂ ਆਪਦੇ ਏਰੀਆ ਚੋਂ? ਹਰਿਆਣੇ ਚੋਂ ਹੀ? ਹਾਂ ਹਰਿਆਣੇ ਤੋਂ ਹੀ। ਠੀਕ ਆ। ਬਛੇਰਾ ਬਛੇਰੀ ਲੈ ਲਏ? ਹਾਂ। ਹੁਣ ਸਵਾਂਦ ਲਾਉਂਗੇ ਯਾਨੀ ਕਿ? ਹਾਂ ਠੀਕ ਆ। ਕਿਹੜੀ ਬਲੱਡ ਲੈਂਦੇ ਬਲ ਚ ਸ਼ਕੀਨ ਹੋ ਤੁਸੀਂ, ਕਿਹੜੀ ਨਸਲ? ਦੇਖੋ ਜੀ ਪਸੰਦ ਤਾਂ ਮੱਝੂਗੀ ਲੈਣ ਦੇ ਆ ਸਾਰੇ, ਉਹ ਲਾਉਂਗੇ। ਆਏ ਹਾਏ ਹਾਏ ਹਾਏ। ਠੀਕ ਆ। ਬਛੇਰਾ ਲਾਉਂਗੇ ਜਾਂ ਫਿਰ ਬਛੇਰੀ ਲਾਉਂਗੇ ਜਾਂ ਵੱਡੀ ਉਮਰ ਦੀ ਹੋਈ? ਠੀਕ ਆ, ਸਵਾਂਦ ਹੀ ਲਾਉਂਗੇ। ਇਹ ਤਾਂ ਬਾਈ ਉਹ ਤਾਂ ਮਹਿੰਗੀ ਬਹੁਤ ਮਿਲੂ ਮੱਝੂਗੀ ਵਾਲੀ ਬਲੱਡ ਲੈਣ ਤਾਂ। ਦੇਖਦੇ ਆ ਕੋਈ ਜਿਹੜੀ ਦੱਸ ਦੇਣੀ। ਅੱਜ ਆਈ ਪਸੰਦ ਕੋਈ ਇੱਥੇ? ਇੱਥੇ ਪਸੰਦ ਆਈ ਕੋਈ? ਪਸੰਦ ਜੀ ਇੱਕ ਵਾਰੀ ਕੱਲ ਮੂਡ ਹੈ ਵੀ ਪਸੰਦ ਵਾਸਤੇ ਕੱਲ ਫਿਰਾਂਗੇ। ਠੀਕ। ਕੱਲ ਫਿਰਾਂਗੇ, ਅੱਜ ਕਿਉਂ ਨਹੀਂ? ਕੀ ਚੱਕਰ? ਅੱਜ ਕੀ ਹੈ? ਕੱਲ ਨੂੰ ਤਾਂ ਰਸ਼ ਵੱਧ ਹੋ ਸੌਂਗਾ ਤੋਂ, ਕੱਲ ਤਾਂ ਮੇਲਾ ਨਹੀਂ ਹੋਊਗਾ, ਫੇਰ ਹੀ ਵੱਧ ਦੇ ਵਿੱਚ ਹੀ ਸਵਾਦ ਆਊਗਾ। ਅੱਛਾ, ਵੀ ਜਾਂਦੀ ਵੀਰ ਦਾ ਮੇਲਾ ਅਗਲਾ ਦੇ ਜਾਂਦਾ ਜਾਂਦਾ ਜਾਂਦਾ, ਅਗਲਾ ਕਹਿੰਦਾ ਘਰੇ ਕੀ ਲੈ ਕੇ ਜਾਣੀ, ਹੁਣ ਦੇ ਦਿੰਦੇ ਆ ਜਾਣਗੇ ਸਾਰੇ ਤਾਰਾਂ ਦੀ ਸਲਾਹ ਹੋ ਜਾਂਦੀ। ਠੀਕ ਹੈ, ਸਲਾਹ ਮਸ਼ਵਰੇ ਨਾਲ ਲੈ ਕੇ ਜਾਊਂਗੇ। ਠੀਕ ਹੈ, ਸਲਾਹ ਮਸ਼ਵਰੇ ਨਾਲ ਚੰਗੀ ਚੀਜ਼ ਲੈ ਜਾਂਦੀ ਆ, ਤੁਰ ਫਿਰ ਕੇ ਫਿਰ ਪਰਿਵਾਰ ਦੇ ਵਿੱਚ ਹੋਰ ਕਿਹਨੂੰ ਕਿਹਨੂੰ ਫਿਰ ਸ਼ੌਂਕ ਆ ਬਾਈ? ਦੇਖੋ ਜੀ ਪਹਿਲਾਂ ਤਾਂ ਕਿਸੇ ਨੂੰ ਨਹੀਂ ਸੀਗਾ, ਜਦੋਂ ਜਾਨਵਰ ਘਰੇ ਵੜ ਗਿਆ ਹੁਣ ਸਾਰੇ ਜਵਾਕਾਂ ਨੂੰ ਵੀ ਆ। ਠੀਕ ਹੈ। ਸਬੱਬ ਕਿਵੇਂ ਬਣਿਆ ਬਾਈ ਵੀ ਆਪਾਂ ਰੱਖੀਏ ਘੋੜੇ? ਬਸ ਐਵੇਂ ਸ਼ੌਂਕ ਦੇ ਮਾਰੇ। ਠੀਕ ਹੈ। ਵੀਡੀਓ ਦੇਖ ਦੇਖ ਕੇ ਸ਼ੌਂਕ ਪੈ ਗਿਆ? ਪਹਿਲਾਂ ਪਸ਼ੂ ਵੀ ਰੱਖੇ ਹੋਇਆ, ਮੱਝਾਂ ਗਾਂਜਾਂ ਵੀ? ਗਾਵਾਂ ਰੱਖੀਆਂ ਹੋਈਆਂ ਤਾਂ ਹੀ ਸ਼ੌਂਕ ਪੈ ਗਿਆ ਬਾਈ। ਫਿਰ ਜਿਹਨੇ ਹੁਣ ਪਸ਼ੂ ਰੱਖੇ ਹੋਇਆ ਉਹਨੇ ਸੋਕੀ ਨਾ ਆਪਾਂ, ਹੈ ਜੀ ਗਿਰ ਨਸਲ ਦੀ ਗਾਵਾਂ ਹੈ ਤੇ ਗਿਰ ਨਸਲ ਦੀਆਂ ਗਾਂਜਾਂ ਨੇ, ਸੇਲ ਵੀ ਕਰਦੇ ਹੋ ਗਿਰ ਨਸਲ? ਸੇਲ ਤਾਂ ਨਹੀਂ ਕਰਦੇ ਜੀ, ਬਣਾ ਯਾਰ ਮਿੱਤਰ ਨੂੰ ਦੇ ਦਿੰਦੇ ਆ। ਠੀਕ ਹੈ, ਵੇਚਦੇ ਨਹੀਂ ਹੈਗੇ। ਠੀਕ ਹੈ ਠੀਕ ਹੈ, ਵਧੀਆ ਗੱਲ। ਫਿਰ ਹੀ ਬਾਈ ਜਿਹਦੇ ਪਹਿਲਾਂ ਜਾਨਵਰ ਰੱਖੇ ਹੋਇਆ ਉਹੀ ਘੋੜੀਆਂ ਰੱਖੂਗਾ, ਜੇ ਹੁਣ ਸਿੱਧੀਆਂ ਆਪਾਂ ਘਰੇ ਲਿਆ ਕੇ ਘੋੜੀਆਂ ਬਾੜ ਲਾਂਗੇ ਫਿਰ ਤਾਂ ਰੱਖੀਆਂ ਵੀ ਨਹੀਂ ਜਾਂਦੀਆਂ ਨਾ, ਕਿਉਂਕਿ ਖਾਣੇ ਦਾਣੇ ਦਾ ਹੋਰ ਪਰਿਵਾਰ ਦੀ ਲਗਨ ਹੋਊਗੀ ਤਾਂ ਹੀ ਰਹੂਗਾ ਜਾਨਵਰ। ਹਾਂ ਸਹੀ ਗੱਲ ਆ, ਸਾਰੇ ਪਰਿਵਾਰ ਇਕੱਲੇ ਬੰਦੇ ਦਾ ਨਹੀਂ ਹੈਗਾ, ਚਰਨ ਨਹੀਂ ਪਾਉਂਦੇ ਆਪਾਂ ਇੱਥੇ ਆਏ ਬੈਠੇ ਆ, ਉੱਥੇ ਪਿੱਛੇ ਨਾ ਸਾਹਮਣਾ। ਹਾਂ ਸਹੀ ਗੱਲ ਵੀ ਸਹੀ ਹੈ, ਵਧੀਆ ਲੱਗਿਆ ਬਾਈ ਤੇਰੇ ਨਾਲ ਗੱਲ ਕਰਕੇ। ਕੋਈ ਨਾ ਮਿਲਦੇ ਆਪਾਂ।